ਧਿਆਨਾ ਦੇ ਵਿੱਚ ਲੁੱਟकांड 8.5 ਕਰੋੜ ਰੁਪਏ ਦੀ ਲੁੱਟ ਦੀ ਪਲੈਨਿੰਗ ਕਰਨ ਵਾਲੀ ਮਾਸਟਰਮਾਈਂਡ 모ਨਾ ਦੇ ਘਰ ਦੇ ਵਿੱਚ মিডিਆ ਪਹੁੰਚਿਆ ਜਿਸ ਤੋਂ ਬਾਅਦ ਗਵੰਡੀਆਂ ਨੇ ਕਈ ਤਰ੍ਹਾਂ ਦੇ ਰਾਜ਼ ਖੋਲੇ ਹੈ ਦੱਸ ਜਾਈਏ ਕਿ 모ਨਾ ਇੱਕ ਸਾਧਾਰਨ ਜੇ ਪਰਿਵਾਰ ਦੀ ਰਹਿਣ ਵਾਲੀ ਹੈ ਹਾਲਾਂਕਿ ਉਸਨੇ ਇੰਸਟਾਗ੍ਰam ਤੇ ਜੱਸੇ ਦੇ ਨਾਲ ਦੋਸਤੀ ਕੀਤੀ ਜਿਸ ਤੋਂ ਬਾਅਦ ਦੋਸਤੀ ਪਿਆਰ ਦੇ ਵਿੱਚ ਬਦਲੀ ਤੇ ਫਿਰ ਦੋਖਾ ਨੇ ਵਿਆਹ ਕਰਵਾ ਲਿਆ ਇਸ ਤੋਂ ਬਾਅਦ ਮੋਨਾ ਦੀ ਦੋਸਤੀ ਜਿਹੜੀ ਹੈ ਉਹ ਕੰਪਨੀ ਦੇ ਡਰਾਈਵਰ ਦੇ ਨਾਲ ਹੋ ਜਾਂਦੀ ਹੈ ਜਿਹੜਾ 4 ਸਾਲ ਤੋਂ ਉਸ ਕੰਪਨੀ ਦੇ ਵਿੱਚ ਮੁਲਾਜ਼ਮ ਸੀ ਤੇ ਉਸ ਤੋਂ ਬਾਅਦ ਉਹ ਦੋਸਤੀ ਇਹ ਰੂਪ ਧਾਰਨ ਕਰ ਲੈਂਦੀ ਹੈ ਕਿ ਤਕਰੀਬਨ 7 ਤੋਂ 8 ਜਣਿਆਂ ਦੀ ਗੈਂਗ ਤਿਆਰ ਹੁੰਦੀ ਹੈ ਤੇ ਉਹਨਾਂ ਦੇ ਵੱਲੋਂ ਤਕਰੀਬਨ 8.5 ਕਰੋੜ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਜਾਂਦਾ ਹੈ ਹਾਲਾਂਕਿ ਹੁਣ ਪੁਲਿਸ ਜਿਹੜੀ ਹੈ ਉਹ ਪੁੱਛਗਿੱਛ ਕਰ ਰਹੀ ਹੈ ਮੋਨਾ ਦੇ ਪਰਿਵਾਰ ਤੋਂ मोना ਤੇ ਉਸਦੇ ਘਰ ਵਾਲੇ ਜੱਸੇ ਦੀਪਾਲ ਦੇ ਲਈ ਪੁਲਿਸ ਦੇ ਵੱਲੋਂ ਥਾਂ-ਥਾਂ ਪੋਸਟਰ ਵੀ ਲਗਾਏ ਗਏ ਨੇ ਤਾਂ ਇਹ ਤਸਵੀਰਾਂ 모ਨਾ ਦੇ ਘਰ ਦੀਆਂ ਨੇ ਤਾਂ ਦੱਸ ਜਿਏ ਕੀ 모ਨਾ ਦੇ ਗਵਾਂਡੀਆਂ ਦੀ ਜੇ ਮੰਨੀਏ ਤਾਂ ਉਹ ਇੱਕ ਸਧਾਰਨ ਪਰਿਵਾਰ ਦੀ ਰਹਿਣ ਵਾਲੀ ਹੈ ਉਹਨਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਇਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਵੀ ਦੇ ਸਕਦੀ ਹੈ ਤਾਂ ਪਰਿ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਵੀ ਇਸ ਲੁੱਟ ਦੇ ਵਿੱਚ ਸ਼ਾਮਿਲ ਸੀ 모ਨਾ ਦੇ ਦੋ ਭਰਾ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਗ੍ਰਿਫਤਾਰੀ ਤਾਂ ਹੋ ਚੁੱਕੀ ਹੈ ਇੱਕ ਹਾਲੇ ਵੀ ਫਰਾਰ ਹੈ ਤਾਂ ਇਹ ਘਰ ਦੇ ਹਾਲਾਤ ਨੇ ਕਿਸ ਤਰੀਕੇ ਦਾ ਘਰ ਸੀ 모ਨਾ ਦਾ ਉਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਔਰ ਗਵਾਂਡੀਆਂ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਉਸ ਦੀ ਮਾਂ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਸੀ ਜਿਸ ਟਾਈਮ ਇਹ ਵਾਰਦਾਤ ਸਭ ਦੇ ਸਾਹਮਣੇ ਆਈ ਉਹ ਕਿਸੇ ਦੇ ਘਰ ਸਫਾਈ ਦਾ ਕੰਮ ਕਰ ਰਹੀ ਸੀ ਤਾਂ ਗਵਾਂਡੀਆਂ ਦੇ ਵੱਲੋਂ ਜਿੱਥੇ ਕਈ ਤਰੀਕੇ ਦੇ ਭੇਦ ਖੋਲੇ ਗਏ ਆ ਉੱਥੇ ਦੱਸ ਜਾਈਏ ਕਿ ਮਨਦੀਪ ਮੋਨਾ ਪਿੰਡ ਡੈਲੋ ਦੀ ਰਹਿਣ ਵਾਲੀ ਹੈ ਉਸ ਦਾ ਭਰਾ ਕਾਕਾ ਤੇ ਹਰਪ੍ਰੀਤ ਵੀ ਇਸ ਲੁੱਟ ਦੇ ਵਿੱਚ ਸ਼ਾਮਿਲ ਸੀ ਹਰਪ੍ਰੀਤ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਦਕਿ ਕਾਕਾ ਫਰਾਰ ਹੈ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਹੈ ਮੋਨਾ ਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ ਉਸ ਦਾ ਪਤੀ ਜਸਵਿੰਦਰ ਸਿੰਘ ਜੱਸਾ ਅਤੇ 모ਨਾ ਦੋਨੋਂ ਹਾਲੇ ਤੱਕ ਫਰਾਰ ਨੇ ਪੁਲਿਸ ਲਗਾਤਾਰ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕਰ ਰਹੀ ਹੈ ਇਸ ਦੌਰਾਨ ਪੁਲਿਸ ਨੇ ਥਾਂ-ਥਾਂ ਤੇ ਉਹਨਾਂ ਦੇ ਪੋਸਟਰ ਵੀ ਲਗਾਏ ਨੇ ਤਾਂ 모ਨਾ ਜਿਹੜੀ ਹੈ ਇੰਸਟਾਗ੍ਰਾਮ ਤੇ ਜੱਸੇ ਦੀ ਦੋਸਤ ਬੰਦੀ ਹੈ ਤੇ ਫਿਰ ਉਸ ਤੋਂ ਬਾਅਦ ਇਹ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਹਾਲਾਂਕਿ ਕਈ ਮੀਡੀਆ ਰਿਪੋਰਟਸ ਤਾਂ ਵੀ ਕਹਿੰਦੀਆਂ ਨੇ ਕਿ ਜੱਸਾ ਇਸ ਲੁੱਟ ਦੇ ਹੱਕ ਵਿੱਚ ਨਹੀਂ ਸੀ ਪਰ ਉਸ ਨੂੰ ਮੋਨਾ ਕਰਕੇ ਉਸ ਦਾ ਸਾਥ ਦੇਣਾ ਪਿਆ ਤਾਂ ਗਵਾਂਡੀਆਂ ਨੇ ਕੀ ਕੁਝ ਰਾਜ਼ ਖੋਲੇ ਨੇ ਕੀ ਕੁਝ ਪੇਤ ਪੇਤ ਖੋਲੇ ਨੇ ਤੁਹਾਨੂੰ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਸੁਣਾ ਦਿੰਨੇ ਆ ਬੇអਭਿهار ਤਾਂ ਸਾਡੇ ਨਾਲ ਤਾਂ ਪਹਿਲਾਂ ਤੋਂ ਵਧੀਆ ਰਿਹਾ ਮਤਲਬ ਐਸਾ ਕੋਈ ਕੋਈ ਗੱਲਬਾਤ ਨਹੀਂ ਮਤਲਬ ਕੁੜੀ ਦਾ ਨਹੀਂ ਕਿਸੇ ਨੂੰ ਪਤਾ ਨਹੀਂ ਸੀ ਵੀ ਉਹਦਾ ਦਿਮਾਗ ਇਦਾਂ ਦਾ ਬਸਾਤਰਾ ਕੁੜੀ ਕਿੰਨੇ ਕ ਦਿਨ ਇੱਥੇ ਰਹੀ ਹੈ ਕਿੰਨਾ ਕੁੜੀ ਤਾਂ ਬਹੁਤ ਘਟ ਰਹੀਦੀ ਸੀ ਉਹਰੇ ਹਾਂ ਆਪਕਾ ਲੱਗ ਗਈ 2 ਮਹੀਨੇ ਬਾਹਰ ਰਹੀ ਗਈ ਇਦਾਂ ਰਹਿੰਦੀ ਸੀ ਠੀਕ ਹੈ ਕੀ ਕਰਦੀ ਸੀ ਕੁੜੀ ਕੰਮ ਕੋਈ ਕਿਸੇ ਨੇ ਖੋਸੇ ਖੋਦੇ ਦੇ ਮਾਂ ਪਿਓ ਨੂੰ ਨਹੀਂ ਪਤਾ ਸੀਗਾ ਵੀ ਕੀ ਕਰਦੀ ਹੈ ਕੀ ਨਹੀਂ ਅੱਛਾ ਵੀ ਜਰੂਰ ਇਹ ਕਹਿੰਦਾ ਸੀ ਵੀ ਵਕੀਲ ਵੀ ਹੈ ਤਾਂ ਘਰ ਵਾਲਿਆਂ ਨੂੰ ਕਹਿੰਦਾ ਹੁੰਦਾ ਸੀ ਮੇਰੇ ਬਾਰੇ ਕੁਝ ਨਹੀਂ ਕਰ ਸਕਦਾ ਜੀ ਮੈਂ ਤੁਸੀਂ ਉਹਨੂੰ ਮਿਲਦੇ ਹੁੰਦੇ ਸੀ ਕੁੜੀ ਨੂੰ ਮਿਲਿਆ ਕਦੀ ਨਹੀਂ ਉਦਾਂ ਸਾਡਾ ਗਵਾੰਡੀ ਆ ਮਤਲਬ ਸਾਡੀ ਤਾਂ ਮਾਤਾ ਉਹਦਾ ਬੋਲਬਾਣੀ ਵੀ ਹੈਨੀ ਉਦਾਂ ਮਾੜੇ ਮੋਟੇ ਬੋਲ ਚਾਲ ਸੀਗੀ ਉੱਥੇ ਹਾਂ ਨਹੀਂ ਕਿਹੋ ਜੇ ਮੈਂ ਕੀ ਰਹੀ ਐ ਪਿੰਡ ਦੇ ਵਿੱਚ ਕਿਹੋ ਜੇ ਰਿਹਾ ਕਿਸੇ ਨਾ ਬੋਲ ਚਾਲ ਹੁੰਦੀ ਸੀ ਕਿਸੇ ਨਾਲ ਮਿਲਦੀ ਜੁਲਦੀ ਸੀ ਨਹੀਂ ਪਿੰਡ 'ਚ ਕਿਸੇ ਨਾਲ ਨਹੀਂ ਨਹੀਂ ਕੁਛ ਨਹੀਂ ਰਹਿਦੇ ਨਹੀਂ ਸੇਕੋ ਪੂਰੇ ਰਹਿੰਦੀ ਨਹੀਂ ਪਿੰਡ ਨਹੀਂ ਸਾਡੇ ਲਈ ਤਾਂ ਵੀਰ ਜੀ ਦੇਖਾ ਠੀਕ ਸੋਦੇ ਮਾਂ ਵੀ ਉਹਦਾ ਉਹਦਾ ਡੈਡ ਵੀ ਉਹਦੇ ਭਰਾ ਵੀ ਠੀਕ ਆ ਕਰਨਾ ਜਾਨੀ ਕੁੜੀ ਨਾਲ ਸਾਡੀ ਕੋਈ ਉਹ ਨਹੀਂ ਹੈਗੀ ਤੇਰੀ ਮਾਂ ਹਾਂ ਤੇ ਕੁੜੀ ਤੇ ਛੋਟੇ ਭਰਾ ਨਾਲ ਸਾਡਾ ਕੋਈ ਉਹ ਨਹੀਂ ਕੁੜੀ ਦਾ ਸੜ ਕੋਈ ਰੋਲ ਨਹੀਂ ਉਸ ਦਾ ਪਰਿਵਾਰ ਕੀ ਕੰਮ ਕਰ ਕਰਦਾ ਉਹ ਰਮ ਜਾਰੀ ਮਾ ਦਿਹਾੜੀ ਜੋਤਰਾ ਕਰਦੇ ਨੇ ਆਈ ਨਾ ਉਹ ਛੋਟੀ ਦੀ ਹੜਜੋ ਕਾ ਕਰਦੇ ਨੇ ਕਿਦਾਂ ਮੇਰੇ ਘਰਾਂ ਦੇ ਆਪੋ ਚੇ ਲਾਉਂਦੀ ਆ ਇੱਥੇ ਪੁਲਿਸ ਲੈ ਕੇ ਆਉਂਨਾਂ ਉਹਨਾਂ ਨੂੰ ਉੱਥੇ ਇਸ ਨਾਲ ਦੇ ਘਰਾਂ ਦੇ ਪੁਲਿਸ ਪੋਚੇ ਲਾਉਂਦੀ ਸੀ ਵਿਚਾਈ ਦਾਲ ਸਬਜ਼ੀ ਬਣਾਉਂਦੀ ਸੀ ਰੋਟੀ ਪਾਣੀ ਕੱਪੜੇ ਧੋਉਂਦੀ ਸੀ ਸਾਰੀ ਦਾਣ ਕਰਦੇ ਉੱਥੇ ਹੀ ਲੈ ਕੇ ਆਏ ਨੇ ਮੈਂ ਤਾਂ ਜੀਸਦੀ ਨਹੀਂ ਇਹ ਉੱਥੇ ਲੁਧਿਆਣੇ ਲੁੱਟ ਹੋਈ ਆ ਉਸ ਤੋਂ ਪਹਿਲਾਂ ਇਹ ਕੁੜੀ ਉਰੇ ਆਈ ਹੋਈ ਸੀ ਨਹੀਂ ਅਜੇ ਨਾ ਤਾਂ ਕੰਮ ਕਰਦੀ ਸੀ ਇਹਨੇ ਵਿਆਹ ਕਰਵਾ ਲਿਆ ਸੀ ਨਾ ਨਾ ਨਹੀਂ ਰਗਾ ਚੱਲ ਕੇ ਮੇਰੇ ਘਰੇ ਘੱਟ ਹੀ ਆਉਂਦੀ ਆ ਇਹਨੇ ਸਾਹ ਵਿਆਹ ਕਰਵਾ ਲਿਆ ਮੇਰੀ ਸੀਗੀ ਪਹਿਲੇ ਹੀ ਵਿਆਹ ਸੀ ਇਹ ਕੀ ਕੰਮ ਨਹੀਂ ਕਰਲੇ ਦੂ ਕੀ ਕੀ ਕੰਮ ਕੀਤਾ ਪਤਾ ਨਹੀਂ ਸਾਨੂੰ ਦੇ ਸਾਰੇ ਐਵੇਂ ਆਪਾਂ ਇਹ ਤਾਂ ਖੁਦ ਇਹਨਾਂ ਨੇ ਹੀ ਮੰਨੋ ਨੀ ਪਤਾ ਖੁਦ ਮੰਨੋ ਨੀ ਪਰ ਆਪੇ ਉਹ ਨਹੀਂ ਪਤਾ ਮੈਂ ਕਹਿ ਨਹੀਂ ਸਕਦਾ ਵੀਰੇ ਨਹੀਂ ਅਸੀਂ ਨਹੀਂ ਵੀਰੇ ਹੁਣ ਆ ਵੀ ਹੋਈ ਨਹੀਂ ਬਿਆ ਮੇਰੇ ਮੇਰੇ ਸਾਹ ਨਾਲ ਤਾਂ ਮੇਰਾ ਖਲ ਦੂਜਾ ਕਿਸੇ ਦੂਜੇ ਦੇ ਅਸੀਂ ਦੂਜੇ ਪਹਿਲਾਂ ਵੀ ਪਾਲਿਸ ਚ ਕਰਿਆ ਸੀ ਪਹਿਲਾਂ ਵੀ ਕੀਤਾ ਸੀ ਬਿਆ ਹੁਣ ਹੁਣ ਵੀ ਪਾਲਿਸ ਚ ਅੱਛਾ ਉਹ ਇਹਨਾਂ ਦਾ ਮਾਮਲਾ ਪਤਾ ਹੀ ਨਿਬੜ ਗਿਆ ਹਨ ਵਿੱਚ ਇਹ ਪਤਾ ਨਹੀਂ ਕੁਛ ਹੋ ਜੇ ਤੇ ਆ ਇਹਨੇ ਬਰਨਾਲੇ ਕਰਵਾਏ ਸੀ ਹੁਣ ਇਹ ਹੁਣ ਇਹ ਕੁੜੀ ਬਰਨਾਲੇ ਕਰਦੀ ਕਿੰਨੀ ਦੇਰ ਮੈਂ ਕਿਹੋ ਮੁੰਡੇ ਦੇ ਨਾਲ ਕਿਦਾਂ ਮੈਂ ਇਹ ਸੋਸ਼ਲ ਮੀਡੀਆ ਥਰੂ ਇਹਨੇ ਵਿਆਹ ਕਰਾਇਆ ਕੁਝ ਪਤਾ ਨਹੀਂ ਇਸਨ ਨੇ ਇਸ ਵਾਰ ਇਹ ਅਸੀਂ ਕੁਝ ਕਹਿ ਨਹੀਂ ਸਕਦੇ ਕਿਉਂ ਜਿਆਦਾ ਬਹੁਤ ਘਟ ਰਹੀ ਦੀ ਮਨ ਲਾ ਮੰਨ ਲਓ ਇੱਕ ਹਫਤਾ ਘਰੇ ਰਹਿੰਦੀ ਸੀ ਤਾਂ ਤਿੰਨ ਮਹੀਨੇ ਬਾਹਰ ਰਹਿੰਦੀ ਸੀ ਜਦੋਂ ਇੱਥੇ ਰਹਿੰਦੀ ਸੀ ਕਿਸੇ ਹੋਰ ਦਾ ਵੀ ਆਣਾ ਜਾਣਾ ਸੀਗਾ ਕੋਈ ਦੇਖਦੇ ਸੀ ਬੰਦੇ ਬਹੁਤ ਆਉਂਦੇ ਜਾਂਦੇ ਬਹੁ ਸੀਗੇ ਅੱਛਾ ਇਹ ਨਹੀਂ ਹੁਣ ਪਤਾ ਵੀ ਕੌਣ ਸੀ ਕਿੰਨੇ ਕੁ ਬੰਦੇ ਆਉਂਦੇ ਜਾਂਦੇ ਸੀ ਹਾਂ ਵੀ ਆਉਂਦੇ ਇਹ ਕੋਦੇ ਦਾ ਜਿਹੜਾ ਵੱਡਾ ਭਰਾ ਸੀ ਉਹ ਇਹਨਾਂ ਦੇ ਖਿਲਾਫ ਉਹ ਜਾਣੀ ਚਰਕੀ ਮੰਨਦਾ ਸੀ ਵੱਡਾ ਭਰਾ ਚਾਹੇ ਵੱਡਾ ਭਰਾ ਕੀ ਕਹਿੰਦਾ ਸੀ ਉਹ ਕਹਿੰਦਾ ਵੀ ਮੈਂ ਇਹਨਾਂ ਤੋਂ ਬਾਹਰ ਜਿੰਨੀਆਂ ਵੀ ਮਸ਼ੀਨਰੀ ਹੈ ਜਿੰਨੇ ਆਹ ਮਸ਼ੀਨਰੀਆਂ ਕੁੜੀ ਚੱਕ ਕੇ ਘਰੇ ਲਿਆਉਂਦੀ ਸੀ ਉਹ ਮੁੰਡਾ ਜਾਣੀ ਰੋਕਦਾ ਸੀ ਵੀ ਮੇਰੇ ਘਰ ਕੋਈ ਚੀਜ਼ ਨਹੀਂ ਆਉਣੀ ਚਾਹੀਦੀ ਉਹ ਇਹ ਵੀ ਪੁੱਛਦਾ ਵੀ ਕਿੱਥੇ ਲੈ ਕੇ ਜਾਂਦੀ ਹੈ ਕਿਵੇਂ ਮਸ਼ੀਨਰੀ ਕਿੱਲੇ ਕੰਨਦੀ ਸੀ ਆਹਾ ਕੁਲਰ ਬਗਾਇਰ ਕੋਈ ਹੋਰ ਹੈ ਜਾਂ ਲਟਰ ਬੇ ਬੇ